नकोदर दे जैन मोहल्ले दे एक घर नू चोर ने निशाना बनाया, 2.5 लाख रुपए अते गहने किते चोरी। सत श्री अकाल जी, मैं हां बिक्रमजीत सिंह ते तुसी देख रहे हो दद्दा टीवी NRI। जलंधर दे नकोदर विखे जैन मोहल्ले विच एक घर नू चोर ने निशाना बनाया अते घर दियां अलमारियां विचों 2.5 लाख रुपए दी नकदी अते गहने लेके फरार हो गया। घटना दे संबंध विच मदन गोपाल दी पत्नी मोनिका ने जानकारी दिंदिया दस्या कि ओ हस्पताल विच नौकरी करदी है अते उस दे पति तहसील कंपलैक्स विच काम करदे हन अते बच्चे स्कूल चले जांदे हन अते अज जदों उन्हां घर आ के देखिया तां उन्हां दे कमरियां दियां अलमारियां खुलियां पईयां सन अते उन्हां विच रखे करीब 2.5 लाख रुपए अते गहने चोरी होए सन अते उन्हां वल्लों इस दी सूचना पुलिस नूं दित्ती गई। मौके ते पहुंचे नकोदर कांग्रेस पार्टी दे ब्लाक प्रधान गौरव जैन वल्लों कहा गया कि नकोदर विखे आए दिन ही दुकानां अते घरां नूं चोरां वल्लों निशाना बनाया जा रहा है पर पुलिस वल्लों कोई कार्रवाई नहीं कीती जा रही। मदन गोपाल अते उन्हां दी पत्नी मोनिका ने पुलिस प्रशासन तो मंग कीती है कि चोर नूं जल्दी काबू कीता जावे। ए चोरी दी घटना नूं अंजाम देण वाला व्यक्ति CCTV कैमरे विच कैद हो गया है। ਪਤਾ ਨਹੀਂ ਮੈਂ 3 ਵਜੇ ਹੋਸਪਿਟਲ ਸੀਗੀ, ਆਪਣਾ ਕੈਸ਼ ਬੰਦ ਕਰ ਰਹੀ ਸੀਗੀ। ਮੈਨੂੰ ਇਹਨਾਂ ਦਾ ਫੋਨ ਆਇਆ ਕਿ ਮੋਨਿਕਾ ਘਰ ਚੋਰੀ ਹੋ ਗਈ ਆ, ਤਾਂ ਮੈਂ ਫਟਾਫਟ ਐਕਟਿਵਾ ਚੱਕ ਕੇ ਘਰ ਆਈ ਆ ਤੇ ਦੇਖਿਆ ਮੇਰਾ ਪਰਸ ਸਾਰੇ ਫਰੋਲੇ ਪਏ ਸੀਗੇ ਤੇ ਜਿਹਦੇ 'ਚ 2-3 ਲੱਖ ਰੁਪਇਆ ਪਿਆ ਸੀ ਤੇ 2 ਚਾਂਦੀ ਦੇ ਕੜੇ, 1 ਚਾਂਦੀ ਦਾ ਗਲਾਸ ਸਾਰਾ ਕੱਢ ਕੇ ਲੈ ਗਏ ਉਹ। ਕੈਸ਼ ਕਿੰਨਾ ਸੀਗਾ? 2.5-3 ਦੇ ਵਿੱਚ। ਤੇ ਸੋਨਾ ਚਾਂਦੀ ਵੀ ਸੀ? 2 ਚਾਂਦੀ ਦੇ ਕੜੇ ਸੀਗੇ, 1 ਚਾਂਦੀ ਦਾ ਗਲਾਸ। ਕਿੰਨਾ ਨੁਕਸਾਨ ਹੋਇਆ ਟੋਟਲ? ਨੀਅਰ ਅਬਾਊਟ 4 ਦੇ ਹੋ ਗਿਆ ਉਹਨਾਂ, ਕਿਉਂਕਿ ਬੱਚਿਆਂ ਨੇ ਆਪਣੀ ਕਿਤਾਬਾਂ ਦੇ ਪੈਸੇ ਜੋੜੇ ਸੀ ਉਹ ਵੀ ਉਹ ਚੱਕ ਕੇ ਲੈ ਗਏ। ਕੁਛ ਮੰਮੀ ਮੇਰੀ ਡੈਥ ਹੋਈ ਆ ਉਹਨਾਂ ਦੇ, ਉਹਨਾਂ ਦੇ 10-15 ਹਜ਼ਾਰ ਰੁਪਇਆ ਪਿਆ ਸੀ ਉਹ ਵੀ ਉਹ ਲੈ ਗਏ। CCTV ਕੋਈ ਲੱਗਾ ਆਪਣੇ? ਨਹੀਂ, ਆਪਣੇ ਮਹੱਲੇ 'ਚ ਲੱਗਾ ਆ, ਉਹਨਾਂ ਨੇ ਉੱਥੋਂ ਦੇਖਿਆ, ਕਾਰਵਾਈ ਕੀਤੀ ਹੈ। ਬੰਦਾ ਤਾਂ ਪਹਿਚਾਣ 'ਚ ਆ ਗਿਆ ਆ ਕੌਣ ਹੈ, ਬਟ ਇਹ ਨਹੀਂ ਪਤਾ ਵੀ ਹੁਣ ਫੜਨਗੇ ਕਦੋਂ। ਪੁਲਿਸ ਆਈ ਸੀ? ਹਾਂਜੀ, ਪੁਲਿਸ ਮੌਕੇ 'ਤੇ ਆ ਗਈ ਸੀ। ਅਤੇ ਹੁਣ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਸਾਡਾ ਜਿਹੜਾ ਪੈਸਾ ਉਹ ਲੈ ਗਏ ਹੈ ਉਹ ਸਾਨੂੰ ਵਾਪਸ ਦਵਾਇਆ ਜਾਵੇ ਤੇ ਇਸ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਠੀਕ। ਵਸਦੇ ਰਸਦੇ ਮਹੱਲਿਆਂ ਵਿੱਚ ਚੋਰੀਆਂ ਹੋਣ ਲੱਗ ਪਈਆਂ ਤੇ ਪੁਲਿਸ ਬਿਲਕੁਲ ਨਾਕਾਮ ਸਾਬਤ ਹੋ ਰਹੀ ਆ ਇਹ ਚੋਰਾਂ ਨੂੰ ਫੜਨ ਵਾਸਤੇ। ਅੱਜ ਮਹੱਲਾ ਜੈਨ 'ਚ ਸਾਡਾ ਛੋਟਾ ਵੀਰ ਮਦਨ ਗੋਪਾਲ ਦੇ ਘਰ ਸਾਰੀ ਜ਼ਿੰਦਗੀ ਦੀ ਕਮਾਈ ਜਿਹੜੀ ਇਕੱਠੀ ਕੀਤੀ ਸੀ ਲੁੱਟ ਕੇ ਲਿਆਵੇ ਚੋਰ। ਇਹ ਬਹੁਤ ਹੀ ਮਾੜੀ ਗੱਲ ਆ। ਪ੍ਰਸ਼ਾਸਨ ਨਾਂ ਦੀ ਚੀਜ਼ ਨਕੋਦ ਰਹੀ ਨਹੀਂ। ਤੁਸੀਂ ਆਮ ਤੌਰ ਤੇ ਦੇਖਦੇ ਆ 6-6 ਦੁਕਾਨਾਂ ਚੋਰੀ ਰੋਜ਼ ਹੋ ਰਹੀ ਆ, ਕਦੇ 2 ਦੁਕਾਨਾਂ ਚੋਰੀ ਹੋ ਰਹੀ, ਕਦੇ ਦਿਨੇ ਲੁੱਟ ਹੋ ਰਹੀ ਆ। ਜੇ ਪੁਲਿਸ ਕੋਲ ਜਾਈਦਾ ਤੇ ਪੁਲਿਸ ਇਹ ਕਹਿ ਕੇ ਗੁਜ਼ਾਰਾ ਕਰਦੀ ਵੀ ਦਫਰੀ ਘੱਟ ਆ ਜੀ, ਪੁਲਿਸ ਦੀ ਕਮੀ ਆ, ਇਹ ਗੁਜ਼ਾਰਾ ਨਹੀਂ ਆ। ਸਰਕਾਰ ਬਿਲਕੁਲ ਫੇਲੋਰ ਸਾਬਤ ਹੋ ਰਹੀ ਆ। ਜਾਨ ਮਾਲ ਦੀ ਰਾਖੀ ਕਰਨ ਵਾਸਤੇ ਵੀ ਪੰਜਾਬ ਪੁਲਿਸ, ਖਾਸ ਕਰਕੇ ਮੈਂ ਕਹੂੰਗਾ ਨਕੋਦਰ ਪੁਲਿਸ ਦਾ ਤਾਂ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੋ ਚੁੱਕਾ। ਅੱਜ ਮੇਰੀ ਭੈਣ, ਮੇਰੇ ਭਰਾ ਦੇ ਘਰ ਮਾਤਾ ਮਾਂ, 1 ਲੱਖ ਰੁਪਇਆ ਉਹਨਾਂ ਦੇ ਘਰੋਂ ਚੱਕਿਆ ਗਿਆ ਦਿਨ ਦਿਹਾੜੇ। ਇਹਦੀ ਭਰਪਾਈ ਕੌਣ ਕਰੂਗਾ? ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਫਿਰ ਵੀ ਜਲਦ ਤੋਂ ਜਲਦ, ਜਿਹੜੇ ਚੋਰ ਦਿਨ ਦਿਹਾੜੇ ਤੁਰੇ ਫਿਰਦੇ ਆ, ਕਲਿਪਿੰਗ ਲੈ ਲੈਂਦੇ ਆ, ਵੀਡੀਓ ਕਲਿਪਿੰਗ ਦੇ ਦਈਆਂ, ਪਰ ਹੱਲ ਕੋਈ ਨਿਕਲਦਾ ਨਹੀਂ। ਦੇ ਦਿਓ ਜੀ ਕਲਿਪਿੰਗ, ਕਲਿਪਿੰਗ ਦੇ ਕੇ ਕੀ ਕਰਾਂਗੇ? ਜਾਂ ਚੋਰਾਂ ਨਾਲ ਫੜਨਾ ਹੀ ਕੋਈ ਨਹੀਂ।